ਇੱਕ ਸਿਆਬੀ ਤੇ ਜਵਾਨ 12-14 ਸਾਲ ਉਮਰ ਇਸ਼ਕ ਲੱਗਾ ਸੀ ਖੇਡਾਂ ਖੇਡਦੀ ਨੂੰ 12-14 ਸਾਲ ਉਮਰ ਤੋਂ ਹਰ ਵਕਤ ਹਜ਼ੂਰ ਕੇ ਪਾਸ ਰਹਿਤੇ ਥੇ ਸਿਆਬਾ ਕਹਤੇ ਹਮਨੇ ਸੋਚਾ ਹਰ ਵਕਤ ਹੀ ਰਹਿਤਾ ਹੈ ਇੱਕ ਦਿਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਹਾ ਇਨਕੋ ਜ਼ਰਾ ਬਤਾਓ ਤੋ ਸਹੀ ਹੈ ਮੁਝਸੇ ਪਿਆਰ ਕਿਤਨਾ ਕਰਤਾ ਹੈ ਸਿਆਬਾ ਕੋ ਤਜਰਬਾ ਕਰਾਨੇ ਕੇ ਲੀਏ ਹਜ਼ੂਰ ਨੇ ਉਸਸੇ ਕਹਾ ਮੁਝਸੇ ਪਿਆਰ ਕਰਤੇ ਹੋ ਉਸਨੇ ਕਹਾ ਬੀਬਾ ਆਪਕੋ ਪਤਾ ਹੀ ਹੈ ਸਾਰਾ ਤੋ ਹਜ਼ੂਰ ਨੇ ਫਰਮਾਇਆ ਜਾਓ ਆਪਣੇ ਬਾਪ ਕੀ ਗਰਦਨ ਕਾਟ ਕੇ ਲਾਓ ਕਿਸਕੀ ਔਖਾ ਜੇ ਬਾਬਾ ਕੰਮ ਹਾਂ ਆਪਣੇ ਬਾਪ ਕੀ ਗਰਦਨ ਕਾਟ ਕੇ ਲਾਓ 12-14 ਸਾਲ ਉਮਰ ਛਲਾਂਗ ਲਗਾਈ ਮਸਜਿਦ ਨਬਵੀ ਕੇ ਦਰਵਾਜ਼ੇ ਪਰ ਮੌਲਾ ਅਲੀ ਸ਼ੇਰ ਖੁਦਾ ਖੜੇ ਥੇ ਉਨਕੀ ਗਰਦਨ ਮੇ ਤੀਰ ਕਮਾਨ ਤਲਵਾਰ ਥੀ ਖੈਂਚੀ ਤਲਵਾਰ ਔਰ ਜਬ ਦੌੜੇ ਨਾ ਜਜ਼ਬਾਤ ਮੇ ਤੋ ਹਜ਼ੂਰ ਨੇ ਫਰਮਾਇਆ ਇਸੇ ਪਕੜ ਲਾਓ ਇਸਨੇ ਸੱਚਮੁੱਚ ਕਾਟ ਕੇ ਲੈ ਆਨੀ ਹੈ ਲੈ ਆਓ ਪਕੜ ਆਸ਼ਿਕ ਨਜ਼ਾਕਤ ਜਾਣਤੇ ਹਜ਼ਰਤ ਤਲਹਾ ਬਿਨ ਬਰਾ ਬਿਮਾਰ ਹੋ ਗਏ ਬਿਮਾਰ ਦਿਨ ਮੇ ਦੋ ਦਫਾ ਮੇਰੇ ਨਬੀ ਤਿਮਾਰਦਾਰੀ ਕਰਨੇ ਜਾਤੇ ਦੋ ਦਫਾ ਅੱਲਾ ਕਰੇ ਵੋ ਬਿਮਾਰੀ ਮੇ ਹੀ ਆ ਜਾਏ ਚਿਰ ਹੋਇਆ ਮੈਨੂੰ ਤਰਲੇ ਲੈਂਦੇ ਆ ਕਦੀ ਮੋੜ ਮੇਰੇ ਵੱਲ ਵਾਗਾਂ ਖਾਬ ਮੇਰੀ ਵਿੱਚ ਇੱਕ ਵਾਰ ਜਿਆਵੇਂ ਮੈਂ ਸਾਰੀ ਉਮਰ ਨਾ ਜਾਗਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੋ ਦਫਾ ਤਿਮਾਰਦਾਰੀ ਕਰਨੇ ਜਾਤੇ ਦੋ ਦਫਾ ਦਿਨ ਦੋ ਦਫਾ ਹਜ਼ੂਰ ਪਤਾ ਲੈ ਇੱਕ ਦਿਨ ਹਜ਼ੂਰ ਸ਼ਾਮ ਕੋ ਗਏ ਉਨਕਾ ਮਾਥਾ ਚੂਮਾ ਤੋ ਹਜ਼ੂਰ ਕੀ ਆਂਖੋਂ ਮੇ ਆਂਸੂ ਆ ਗਏ ਫਿਰ ਮੇਰੇ ਹਬੀਬੇ ਪਾਕ ਨੇ ਉਨਕੇ ਵਾਲਿਦ ਕੋ ਕੋਨੇ ਮੇ ਬੁਲਾਇਆ ਕੋਈ ਬਾਤ ਕਹੀ ਬਾਪ ਵੀ ਰੋਣੇ ਲਗੇ ਹਜ਼ੂਰ ਨੇ ਫਿਰ ਪਿਆਰ ਕੀਆ ਚਲੇ ਗਏ ਹਜ਼ਰਤ ਤਲਹਾ ਆਪਣੇ ਅੱਬਾ ਜੀ ਸੇ ਕਹਿਣ ਲੱਗੇ ਹਜ਼ੂਰ ਕਿਆ ਕਹਿ ਕੇ ਗਏ ਕਹਾ ਬੇਟੇ ਕੁਛ ਨਹੀਂ ਕਹਾ ਨਹੀਂ ਮੁਝੇ ਬਤਾਏ ਕੁਛ ਨਹੀਂ ਰਿਸ਼ਤਾ ਹੀ ਬੜਾ ਨਾਜ਼ੁਕ ਨਹੀਂ ਬਤਾਏ ਤੋ ਬਾਪ ਨੇ ਸਰ ਪੇ ਹੱਥ ਰੱਖਾ ਕਹਾ ਹਜ਼ੂਰ ਕਹਿ ਗਏ ਤੋ ਅੱਜ ਸ਼ਾਮ ਕੋ ਫੌਤ ਹੋ ਜਾਏ ਔਰ ਜਬ ਹਜ਼ੂਰ ਨੇ ਕਹਾ ਜਬ ਇਸਕਾ ਇੰਤਕਾਲ ਹੋ ਜਾਏ ਤੋ ਮੁਝੇ ਖਬਰ ਕਰਨਾ ਵਾਲਿਦ ਕੋ ਚਾਰ ਪੰਜ ਪੇ ਬਿਠਾ ਕੇ ਤੋ ਹਜ਼ਰਤ ਤਲਹਾ ਨੇ ਹੱਥ ਪਕੜ ਲਿਆ ਇਸ਼ਕ ਤੇ ਅੱਗ ਦੋਵੇਂ ਇੱਕ ਬਰਾਬਰ ਪਰ ਇਸ਼ਕ ਦਾ ਸੇਕ ਵਧੇਰਾ ਅੱਗ ਤੇ ਸਾੜੇ ਕੱਖ ਤੇ ਕਾਨੇ ਇਸ਼ਕ ਸਾੜੇ ਤਨ ਮੇਰਾ ਉਹ ਅੱਗ ਦਾ ਦਾਰੂ ਮੀਂਹ ਤੇ ਪਾਣੀ ਮੈਨੂੰ ਕੋਈ ਦੱਸੇ ਇਸ਼ਕ ਦਾ ਦਾਰੂ ਕਿਹੜਾ ਬੁੱਲੇ ਸ਼ਾਹ ਉੱਥੇ ਕੁਝ ਨਹੀਂ ਬਚਦਾ ਜਿੱਥੇ ਇਸ਼ਕ ਹੁਰਾਂ ਦਾ ਡੇਰਾ ਹੱਥ ਪਕੜਾ ਬਾਪ ਘਰ ਕਰਨ ਲੱਗੇ ਅੱਬਾ ਜੀ ਇੱਕ ਵਾਅਦਾ ਕਰੋ ਰਾਤ ਕੋ ਜਬ ਮੈਂ ਫੌਤ ਹੋ ਜਾਊਂ ਤੋ ਨਬੀ ਪਾਕ ਕੋਈ ਇਤਲਾਹ ਨਹੀਂ ਦੇਣੀ ਖਬਰ ਕਹ ਬੇਟੇ ਹਜ਼ੂਰ ਕਹਿ ਗਏ ਦੇਣੀ ਹੈ ਤੂੰ ਕਹਤਾ ਨਹੀਂ ਦੇਣੀ ਕਿਉਂ ਆਸ਼ਿਕ ਨਜ਼ਾਕਤ ਜਾਣਤੇ ਅਗਰਚੇ 12-14 ਸਾਲ ਉਮਰ ਥੀ ਪਰ ਇਸ਼ਕ ਪੱਕਾ ਥਾ ਨਾ ਨਜ਼ਾਕਤ ਸਮਝਤੇ ਥੇ ਕਹਿਣ ਲੱਗੇ ਅੱਬਾ ਜੀ ਜਿਨ ਗਲੀਓ ਸੇ ਹਜ਼ੂਰ ਨੇ ਗੁਜ਼ਰ ਕੇ ਆਨਾ ਵੋ ਯਹੂਦੀਓ ਕੀ ਗਲੀਆਂ ਹੈ ਐਸਾ ਨਾ ਹੋ ਮੇਰੇ ਜਨਾਜ਼ੇ ਕੀ ਖਾਤਰ ਹਜ਼ੂਰ ਗੁਜ਼ਰੇ ਔਰ ਕੋਈ ਮੇਰੇ ਨਬੀ ਕੋ ਤਕਲੀਫ ਦੇ ਇਸ ਲਈ ਖਬਰ ਨਹੀਂ ਕਰਨੀ ਮੁਸਤਫਾ ਕੋ ਆਪ ਜਨਾਜ਼ਾ ਪੜ੍ਹ ਕੇ ਦਫਨਾ ਦੇਣਾ ਰਾਤ ਕੋ ਇੰਤਕਾਲ ਹੁਆ ਬਾਪ ਨੇ ਜਨਾਜ਼ਾ ਪੜਾ ਦਫਨ ਕੀਆ ਸਾਰਾ ਕੁਝ ਜਾਣਨੇ ਵਾਲੇ ਰਸੂਲ ਆਏ ਕਹਾ ਮੁਝੇ ਬਤਾਇਆ ਕਿਉਂ ਨਹੀਂ ਅਰਜ਼ ਕੀ ਮਹਬੂਬਾ ਕਹਤਾ ਤਾ ਹਜ਼ੂਰ ਕੋ ਤਕਲੀਫ ਨਹੀਂ ਦੇਣੀ ਮੇਰੀ ਜ਼ਾਤ ਕੀ ਖਾਤਰ ਤਕਲੀਫ ਨਾ ਦੇਣਾ ਨਾ ਕੋਈ ਯਹੂਦੀ ਤਕਲੀਫ ਨਾ ਪਹੁੰਚਾ ਦੇ ਗਲੀਆਂ ਯਹੂਦੀਓ ਕੀ ਹੈ ਕੁਰਬਾਨ ਜਾਏ ਸਾਰੀ ਦੁਨੀਆ ਰੋਜ਼ਾ ਹੈ ਰਸੂਲ ਪੇ ਔਰ ਮੇਰੇ ਰਸੂਲ ਨੇ ਫਰਮਾਇਆ ਮੁਝੇ ਬਤਾਓ ਉਸਕੀ ਕਬਰ ਕਹਾਂ ਹੈ ਸਾਰੀ ਦੁਨੀਆ ਰੋਜ਼ਾ ਰਸੂਲ ਪੇ ਔਰ ਨਬੀ ਪਾਕ ਉਸ ਗੁਲਾਮ ਕੀ ਕਬਰ ਪੇ ਖੜੇ ਆਂਸੂ ਵਹਿ ਰਹੇ ਹੈ ਸਿਹਾਬਾ ਕਹਤੇ ਹਰ ਕਬਰ ਪੇ ਦੁਆ ਇਹ ਹੋਤੀ ਥੀ ਯਾ ਅੱਲਾ ਕਬਰ ਕੁਸ਼ਾਦਾ ਕਰ ਦੇ ਯਾ ਅੱਲਾ ਇਸਕਾ ਹਿਸਾਬ ਆਸਾਨ ਕਰ ਦੇ ਯਹਾਂ ਦੁਆ ਵੀ ਅਨੋਖੀ ਇਸਕੇ ਲੀਏ ਦੁਆ ਵੀ ਅਨੋਖੀ ਰਿਸ਼ਤਾ ਹੀ ਬੜਾ ਨਾਜ਼ੁਕ ਹੈ ਮੇਰੇ ਨਬੀ ਪਾਕ ਨੇ ਦੁਆ ਬੜੀ ਅਨੋਖੀ ਫਰਮਾਈ ਕਾ ਐ ਅੱਲਾ ਜਬ ਮੇਰੇ ਤਲਹਾ ਕੀ ਤੇਰੇ ਸਾਥ ਮੁਲਾਕਾਤ ਹੋ ਤੋ ਜ਼ਰਾ ਇਸ ਮੁਸਕੁਰਾ ਕੇ ਮਿਲਣਾ ਯੋ ਤੇਰੀ ਸ਼ਾਨ ਕੇ ਲਾਇਕ ਹੈ ਜ਼ਰਾ ਇਸ ਮੁਸਕੁਰਾ ਕੇ ਮਿਲਣਾ ਕਹਤੇ ਵਜਦ ਹੋ ਗਿਆ ਤਾਰੀ ਇਸ ਲਈ ਕਿ ਜੋ ਰਿਸ਼ਤਾ ਨਬੀ ਕਾ ਉਮਤੀ ਸੇ ਹੈ ਔਰ ਉਮਤ ਕਾ ਰਸੂਲ ਸੇ ਹੈ ਉਸਕੀ ਨਜ਼ਾਕਤ ਕੋ ਸਿਰਫ ਗੁਲਾਮ ਜਾਣ ਸਕਤੇ ਗੁਲਾਮ ਜਾਨ ਮੈਨੇ ਪਿਛਲੇ ਜਿਵੇਂ ਵੀ ਕਹਾ ਥਾ ਮੁਝੇ ਇੱਕ ਸ਼ਖਸ ਕਹਿਣ ਲੱਗੇ ਆਪ ਬੱਤੀਆਂ ਲਗਾਤੇ ਹੈ ਝੰਡੀਆਂ ਲਗਾਤੇ ਮੈਨੇ ਕਹਾ ਬਸ ਨਹੀਂ ਚਲਤਾ ਹਮ ਤੋ ਤਾਰੇ ਵੀ ਲਗਾ ਦੇ ਉਹਨੇ ਹਮਾਰਾ ਪਤਾ ਹੀ ਨਹੀਂ ਮੇਰਾ ਦਿਲ ਕਰਤਾ ਹੈ ਗਲੀ ਗਲੀ ਫਿਰੂ ਔਰ ਇਹ ਨਾਰਾ ਲਗਾਊ ਜਾਨ ਹੈ ਇਸ਼ਕ ਮੁਸਤਫਾ ਰੋਜ਼ ਫਜ਼ੂ ਕਰੇ ਖੁਦਾ ਜਿਸਕੋ ਉਹ ਦਰਦ ਕਾ ਮਜ਼ਾ ਉਹ ਨਾਜ਼ੇ ਦਵਾ ਉਠਾਏ ਕਿਉਂ ਔਰ ਫਿਰ ਕੇ ਗਲੀ ਗਲੀ ਤਬਾਹ ਠੋਕਰੇ ਸਭ ਕੀ ਖਾਏ ਕਿਉਂ ਅਗਰ ਦਿਲ ਕੋ ਜੇ ਅਕਲ ਦੇ ਖੁਦਾ ਤੋ ਤੇਰੀ ਗਲੀ ਸੇ ਜਾਏ ਕਿਉਂ।